ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਨ ਜਾ ਰਹੀ ਹਾਂ ਇੰਟਰਸਟਿੰਗ ਫੈਕਟਸ ਬਾਰੇ ਤੇ ਹੁਣ ਗੱਲ ਕਰਦੇ ਹਾਂ ਫੈਕਟ ਬਾਰੇ ਸਾਲ 1325 ਈਸਵੀ ਵਿੱਚ ਦੋ ਸ਼ਹਿਰ ਹੁੰਦੇ ਸੀ ਜਿਨ੍ਹਾਂ ਦਾ ਨਾਮ ਸੀ ਮੋਡੇਨਾ ਤੇ ਬੋਲਗਨਾ ਜੋ ਕਿ ਅੱਜ ਦੇ ਟਾਈਮ ਵਿੱਚ ਇਟਲੀ ਵਿੱਚ ਸਥਿਤ ਹੈ ਕੀ ਹੋਇਆ ਕਿ ਮੋਡੇਨਾ ਸ਼ਹਿਰ ਦੇ ਪੰਤਾ ਬੁਲਗਾਨਾ ਸ਼ਹਿਰ ਵਿੱਚ ਇੱਕ ਪਾਣੀ ਦਾ ਡਰਮ ਚੋਰੀ ਕਰਕੇ ਲਿਆਇਆ ਤੇ ਇਸ ਗੱਲ ਤੇ ਇੰਨਾ ਨਾਰਾਜ਼ ਹੋਏ ਕਿ ਉਹਨਾਂ ਨੇ ਜੰਗ ਹੀ ਛੇੜ ਲਈ ਤੇ ਹੌਲੀ-ਹੌਲੀ ਇਹ ਜੰਗ ਵੱਧ ਗਈ ਇਸ ਵਿੱਚ ਲਗਭਗ 2100 ਲੋਕਾਂ ਦੀ ਜਾਨ ਵੀ ਚਲੀ ਗਈ ਮਤਲਬ ਇੱਕ ਛੋਟੇ ਜਿਹੇ ਡਰਮ ਕਾਰਨ ਇੱਕ ਜੰਗ ਹੀ ਛਿੜ ਗਈ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਜਾਣਕਾਰੀ ਬਹੁਤ ਹੀ ਵਧੀਆ ਲੱਗੀ ਹੋਵੇਗੀ ਧੰਨਵਾਦ